ਜੀ ਵੀਰੋ, ਇਹ ਤੁਹਾਡਾ ਦਰਖਤ ਅੰਬ ਦਾ ਅਤੇ ਦੇਖੋ ਕਿੰਨਾ ਫਾਇਦਾ, ਨਾਲੇ ਤਾਂ ਛਾਂ ਦੇ ਰਿਹਾ, ਨਾਲੇ 12 ਮਹੀਨੇ 30 ਦਿਨੇ ਹਰਾ ਭਰਿਆ ਰਹਿੰਦਾ ਵੀਰੋ। ਅਤੇ ਵੱਧ ਤੋਂ ਵੱਧ ਅੰਬਾਂ ਦੇ ਦਰਖਤ ਵੀ ਲਾਓ, ਜਾਮਨ ਦੇ ਦਰਖਤ ਲਾਓ, ਇਹ 12 ਮਹੀਨੇ 30 ਦਿਨ ਹਰੇ ਰਹਿੰਦੇ ਨੇ ਅਤੇ ਆਪਣੇ ਸ਼ਹਿਰ ਨੂੰ, ਆਪਣੇ ਮੁਹੱਲੇ ਨੂੰ, ਆਪਣੇ ਗਲੀਆਂ ਨੂੰ ਹਰੇ ਭਰਿਆ ਰੱਖੋ। ਦੇਖੋ ਹਰੇ ਭਰੇ ਰਹਿਣਗੇ, ਵਧੀਆ ਸਾਨੂੰ ਆਕਸੀਜਨ ਆਊਗੀ। ਜਿਹੜੇ ਰੋਡ ਹੈ, ਰੋਡ ਦੇ ਵਿੱਚ ਵੀ ਜਿਹੜੇ ਹਾਈਵੇ ਆ, ਉਹਨਾਂ ਦੇ ਸੈਂਟਰ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਵਾ, ਉਹ ਬੂਟੀ ਜੀ ਲਾ ਦਿੰਦੇ ਆ। ਸਰਕਾਰ ਨੂੰ ਬੇਨਤੀ ਆ ਵੀ ਇੱਥੇ ਦਰਖਤ ਲਗਾਏ ਜਾਣ ਅਤੇ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਪੰਜਾਬ ਦਾ ਜਿਹੜਾ ਖਜ਼ਾਨਾ ਵੀ ਭਰੂਗਾ, ਪੰਜਾਬ ਵਾਲੇ ਨੂੰ ਆਕਸੀਜਨ ਵੀ ਵਧੀਆ ਮਿਲੂਗੀ ਅਤੇ ਬਿਮਾਰੀਆਂ ਤੋਂ ਮੁਕਤੀ ਵੀ ਮਿਲੂਗੀ। ਜਿੰਨੇ ਵੀ ਹਾਈਵੇ ਨਿਕਲੇ ਆ, ਸਾਰੇ ਦਰਖਤ ਇਹਨਾਂ ਨੇ ਵੱਢਤੇ ਆ ਅਤੇ ਇਹਨਾਂ ਨੂੰ ਹਾਈਵੇ ਜਿਹੜੇ ਸੀ ਉਹ ਖੱਬੇ, ਜੇ ਸੈਂਟਰ 'ਚ ਦਰਖਤ ਸੀਗੇ ਖੱਬੇ ਪਾਸੇ ਹੋਰ ਇੱਕ ਹਾਈਵੇ ਕੱਢ ਦਿੰਦੇ, ਜਿਹੜਾ ਇੱਕ ਰੋਡ ਸੀ ਉਹ 1-way ਕਰ ਦਿੰਦੇ, ਸੈਂਟਰ 'ਚ ਦਰਖਤ ਉਵੇਂ ਲੱਗੇ ਰਹਿ ਜਾਂਦੇ, ਕਿੰਨਾ ਵਧੀਆ ਰਹਿਣਾ ਸੀਗਾ। ਪਰ ਇਹ ਲੋਕਾਂ ਦਾ, ਸਰਕਾਰਾਂ ਦਾ ਇਹ ਕੰਮ ਆ ਵੀ ਪੰਜਾਬ ਨੂੰ ਸੁੱਟਣਾ ਕਿਵੇਂ ਆ। ਅਤੇ ਪੰਜਾਬ ਵਾਸੀਓ ਸੁਚੇਤ ਹੋ ਜਾਓ ਅਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ। ਧੰਨਵਾਦ ਜੀ।